ਕੀਤਾ ਅਨ ਸਵੇਹ ਹਲਕਾ ਖੇਮ ਕਰਨ ਅਦੀਨਪੰਦੇ ਪਿੰਟ ਕਰਿਆਲਾ ਵਿਖੇ ਕਰਿਆਨੇ ਦੀ ਦੁਕਾਨ ਤੋਂ ਚੋਰਾਂ ਵੱਲੋਂ ਕੰਦ ਪਾੜ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਤਰਸੀਮ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਤਾਂ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੀ ਪਿਛਲੀ ਕੰਦ ਟੁੱਟੀ ਹੋਈ ਸੀ ਜਿਸ ਵਿੱਚੋਂ ਚੋਰਾਂ ਵੱਲੋਂ ਦੁਕਾਨ ਵਿੱਚੋਂ ਕਰਿਆਨੇ ਦਾ ਸਮਾਨ ਕੱਢ ਲਿਆ ਗਿਆ ਤੇ 10000 ਰੁਪਏ ਨਗਦ ਚੋਰ ਲੈ ਕੇ ਫਰਾਰ ਹੋ ਚੁੱਕੇ ਸਨ ਹੁਣਾਂ ਕਿਹਾ ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਚੋਕੀ ਕਰਿਆਲਾ ਵਿਖੇ ਦਰਖਾਸਤ ਦਿੱਤੀ ਗਈ ਹੈ ਪਰ ਅਜੇ ਤੱਕ ਪੁਲਿਸ ਮੁਲਾਜ਼ਮ ਉੱਥੇ ਨਹੀਂ ਪਹੁੰਚੇ ਹਨ ਅਦਰ ਇਸੇ ਤਰ੍ਹਾਂ ਪਿੰਡ ਕਰਿਆਲਾ ਵਿੱਚ ਇੱਕ ਕਰਿਆਨੇ ਦੀ ਹੋਰ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿਸ ਦੀ ਜਾਣਕਾਰੀ ਦਿੰਦਿਆਂ ਇਹਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਵਿੱਚੋਂ ਮਾਮੂਲੀ ਖੰਡ ਅਤੇ ਪੱਤੀ ਅਤੇ ਕੁਝ ਪੈਸੇ ਹੀ ਚੋਰੀ ਹੋਏ ਹਨ ਹੁਣਾਂ ਇਹ ਵੀ ਦੱਸਿਆ ਕਿ ਦੁਕਾਨ ਦੇ ਵਿੱਚ ਚੋਰਾਂ ਵੱਲੋਂ ਨਸ਼ੇ ਦੀ ਵਰਤੋਂ ਵੀ ਕੀਤੀ ਗਈ ਸੀ ਭਾਵੇਂ ਇਸ ਦੁਕਾਨ ਵਿੱਚੋਂ ਮਾਮੂਲੀ ਸਮਾਨ ਚੋਰੀ ਹੋਇਆ ਹੈ ਪਰ ਵੇਖਣ ਵਾਲੀ ਗੱਲ ਹੈ ਕਿ ਚੋਰਾਂ ਨੇ ਚੋਰੀ ਤੋਂ ਪਹਿਲਾਂ ਨਸ਼ੇ ਵਾਲੇ ਟੀਕੇ ਲਗਾਏ ਤੇ ਬਾਅਦ ਵਿੱਚ ਇਸ ਕਾਰਨਾ ਮੈਨੂੰ ਅੰਜਾਮ ਦਿੱਤਾ ਜਿਸ ਤੋਂ ਸਾਫ ਜਾਇਰ ਹੁੰਦਾ ਹੈ ਕਿ ਪਿੰਡ ਘਰਿਆਲਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਨਸ਼ੇ ਦਾ ਬੋਲਬਾਲਾ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਦੂਜੇ ਪਾਸੇ ਜਦ ਇਸ ਸੰਬੰਧੀ ਪੁਲਿਸ ਜੋਗੀ ਘਰਿਆਲਾ ਦੇ ਇੰਚਾਰਜ ਅਮਰਿਤਪਾਲ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕੈਮਰੇ ਦੇ ਅੱਗੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਕੁਝ ਵੀ ਬੋਲਣ ਤੋਂ ਬਿਨਾਂ ਹੀ ਉੱਥੋਂ ਚਲੇ ਗਏ ਪੰਜਾਬ ਟੀਵੀ ਲਈ ਤਰਨਤਾਰਨ ਤੋਂ ਰਸ਼ਪਾਲ ਪੰਨੂ ਦੀ ਰਿਪੋਰਟ ਕਿੰਨੇ ਕੁ ਚੋਰੀ ਹੋਈ ਹੈ ਜੀ ਭਾਈ 10000 ਰੁਪਏ ਨਕਦੀ ਸੀ ਇਹ ਠੇਕੇ ਦੀ ਸ਼ਰਾਬ ਹੋ ਲੱਗੇ ਇਸ ਬੰਦੇ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਹਾਂਜੀ ਸਰ ਹੁਣ ਦੇ ਕੇ ਅਰਪੋਰਟ ਆਏ ਪੁਲਿਸ ਵਾਲੇ ਨਹੀਂ ਆਜੇ ਨਹੀਂ ਸਰ ਹੈ ਕੋਈ ਦੇ ਹਮਨੇ ਠੀਕ ਹੈ ਕਿਨਾ ਭਾਈ ਰੱਡਾਈ ਕਵਲਜੀ ਸ਼ਰਮਾ ਕੀ ਗੱਲ ਹੋਈ ਹੈ ਜੀ ਦੁਕਾਨ ਲੈ ਕੇ ਭਾਨੀ ਜਾ ਰਹੀ ਕੀ ਕੀ ਚੋਰੀ ਹੋਇਆ ਜੀ ਖੰਡ ਪਤੀ ਪੈਸੇ ਥੋੜੇ ਜੀ ਕਿੰਨੇ ਕ ਪੈਸੇ ਜੀ ਪੈਸੇ 50 60 ਰੁਪਏ ਹੀ ਗੈਰਾ ਨਹੀਂ ਮੂੰਹ ਝੂਠ ਨਹੀਂ ਮਾਰਨਾ ਅੱਛਾ ਜੀ ਹਾਂਜੀ ਕਿਸੇ ਤੇ ਸ਼ੱਕ ਆ ਤੁਹਾਨੂੰ ਜੀ ਨਾ ਨਾ ਕਿਸੇ ਤੇ ਨਹੀਂ ਹਾਂ ਜੀ ਡਾਡੀ ਨੀਲ ਮਰਾਜੀ ਕੀ ਗੱਲ ਹੋਈ ਹੈ ਜੀ ਇਹ ਦੁਕਾਨ ਚ ਸਾਮਾਨ ਲੈ ਕੇ ਕੱਢ ਕੇ ਕੀ ਕੀ ਚੋਰੀ ਹੋਈ ਹੈ ਹਾਂ ਟਹੀ ਪੱਤੀ ਸੀ ਘਿਓ ਸੀਗਾ ਹਾਂ ਸਰਫ ਸਰਫ ਵਗੈਰਾ ਵੀਰੇ 50 60 ਰੁਪਏ ਗੱਲੇ ਸੀ ਭਾਣ ਹੋਰ ਕੋਈ ਚੋਰੀ ਹੋਇਆ ਜੀ ਨਹੀਂ ਜੀ ਹੋਰ ਨਹੀਂ ਕੁਝ ਵੀ ਹੋਇਆ ਜੀ